बहुत कुछ सीखा जा सकता है सिंगा साहब जी के जीवन को, किस प्रकार राजनीति शुरू की और कितों शुरू की। इसे करके तो मैं सिंगा साहब की गल की कि जेडे दल बदलते हैं, जेडे कहते सू टिकट नहीं मिलनी असं चले हाँ। अज वफादारा के चंद जे लोग वफादार रह गए उन्होंने चो मैं लगता राहुल गांधी के चेहरे भी जो मैसेज ਮੈਂ ਸਮਝਦਾ ਕਿ ਸਿੰਗਲਾ ਸਾਹਿਬ ਦੀ ਬਹੁਤ ਵੱਡੀ ਦੇਣ ਸੀਗੀ ਪੂਰੇ ਪੰਜਾਬ ਨੂੰ ਔਰ ਸਮਾਜ ਨੂੰ। ਬਹੁਤ ਕੁਛ ਸਿੱਖਿਆ ਜਾ ਸਕਦਾ ਹੈ ਸਿੰਗਲਾ ਸਾਹਿਬ ਜੀ ਦੇ ਜੀਵਨ ਤੋਂ, ਕਿਸ ਪ੍ਰਕਾਰ ਰਾਜਨੀਤੀ ਸ਼ੁਰੂ ਕੀਤੀ ਔਰ ਕਿੱਥੋਂ ਸ਼ੁਰੂ ਕੀਤੀ ਔਰ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਔਰ ਕਿੱਦਾਂ ਕਿੱਦਾਂ ਸੈਕਰੀਫਾਈਸ ਜ਼ਿੰਦਗੀ ਦੇ ਕੀਤੇ। ਜ਼ਰੂਰੀ ਨਹੀਂ ਕੇਵਲ ਅਹੁਦੇ ਵਾਸਤੇ ਟਿਕਟ ਵਾਸਤੇ ਬਲਕਿ ਪੰਜਾਬ ਦੀ ਸੇਵਾ ਕਰਨ ਦਾ ਫੈਸਲਾ ਕੀਤਾ। ਜੇ ਪੂਰੀ ਜੀਵਨ ਤੇ ਝਾਤ ਮਾਰ ਲਓਗੇ ਤਾਂ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਮੁੰਡੇ, ਅੱਜ ਕੱਲ੍ਹ ਦੇ ਜਿਹੜੇ ਰਾਜਨੀਤਿਕ ਲੋਕ ਰੋਜ਼ਾਨਾ ਇੱਧਰ ਕਦੇ ਉੱਧਰ, ਉਹ ਤੇਜ਼ਨਾ ਚ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਵੱਡੀ ਸੇਧ ਮਿਲ ਸਕਦੀ ਹੈ ਸਿੰਗਲਾ ਸਾਹਿਬ ਜੀ ਦੇ ਜੀਵਨ। ਸਰ, ਦਲ ਬਦਲੀਆਂ ਦਾ ਦੌਰ ਚੱਲ ਰਿਹਾ ਹੈ, ਕਈ ਨੇਤਾ ਪਾਰਟੀ, ਇਸੇ ਕਰਕੇ ਤਾਂ ਮੈਂ ਸਿੰਗਲਾ ਸਾਹਿਬ ਦੀ ਗੱਲ ਕੀਤੀ ਕਿ ਜਿਹੜੇ ਦਲ ਬਦਲਦੇ ਹੈ, ਜਿਹੜੇ ਕਹਿੰਦੇ ਸਾਨੂੰ ਟਿਕਟ ਨਹੀਂ ਮਿਲਣੀ ਅਸੀਂ ਚੱਲੇ ਹਾਂ, ਜਿਹੜੇ ਓਪਰਚੁਨਿਸਟ ਹੈ ਉਹਨਾਂ ਨੂੰ ਇੱਥੋਂ ਸਹਿਜਤਾ ਦੀ ਜਿਹੜੀ ਮੈਂ ਗੱਲ ਕੀਤੀ ਹੈ ਸਿੰਗਲਾ ਸਾਹਿਬ ਜੀ ਦੀ ਸ਼ਰਧਾਂਜਲੀ ਦੇ ਮੌਕੇ ਤੇ, ਉਹੀ ਕੀਤੀ ਹੈ ਕਿ ਸਹਿਜ ਪੱਕੇ ਸੋ ਮਿੱਠਾ ਹੋਏ। ਜ਼ਰੂਰੀ ਨਹੀਂ ਹੈ ਕਿ ਟਿਕਟ ਨਾਲ ਤੇ ਅਹੁਦੇਦਾਰੀਆਂ ਨਾਲ ਤੁਹਾਨੂੰ ਲੋਕ ਜਾਣਨਗੇ, ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਉਹ ਚੀਜ਼ਾਂ ਨਾ ਮਿਲਣ ਪਰ ਜ਼ਿੰਦਗੀ ਚ ਰਹਿੰਦੀ ਦੁਨੀਆਂ ਤੱਕ ਤੁਹਾਡੇ ਚਲੇ ਜਾਣ ਤੋਂ ਬਾਅਦ ਵੀ ਦੁਨੀਆਂ ਤੁਹਾਨੂੰ ਯਾਦ ਰੱਖਦੀ ਹੈ। ਜਿਹਨਾਂ ਦੇ ਲੋਕਾਂ ਦੇ ਐਥਿਕਸ ਹੈਗੇ ਨੇ, ਜਿਹਨਾਂ ਨੂੰ ਮੋਰਲ ਵੈਲਿਊਜ਼ ਹੈਗੀਆਂ, ਉਹਨਾਂ ਲੋਕਾਂ ਨੂੰ ਹਮੇਸ਼ਾ ਲੋਕ ਯਾਦ ਰੱਖਦੇ, ਕਹਿੰਦੇ ਉਹ ਹਮੇਸ਼ਾ ਹੀ ਲੀਡਰ ਹੁੰਦੇ ਨੇ ਤੇ ਲੋਕਾਂ ਦੇ ਮਨਾਂ ਚ ਵੱਸ ਗਏ। ਕਾਂਗਰਸ ਪਾਰਟੀ ਰਜਿੰਦਰ ਸਿੰਗਲਾ ਜੀ ਦਾ ਨਾਮ ਸਭ ਤੋਂ ਅੱਗੇ ਕਰ ਰਿਹਾ ਹੈ ਚਰਚਾਵਾਂ ਦੇ ਵਿੱਚ ਕਿ ਲੋਕ ਸਰੂਪ ਲੋਕ ਸਵਾਲ ਕਿਤੇ ਰਜਿੰਦਰ ਸਿੰਗਲਾ ਜੀ ਸਾਡੇ ਵੱਡੇ ਭਰਾ ਨੇ, ਰਾਹੁਲ ਗਾਂਧੀ ਦੇ ਸਭ ਤੋਂ ਨਜ਼ਦੀਕੀ ਨੇ, ਇਹ ਫੈਸਲਾ ਇਹਨਾਂ ਨੇ ਲੈਣਾ ਹੈ, ਜੋ ਇਹਨਾਂ ਦਾ ਮਨ ਹੋਏਗਾ। ਲੇਕਿਨ ਮੇਰੇ ਕਹਿਣ ਦਾ ਮਤਲਬ ਕਠਿਨਾਈਆਂ ਚੋਂ ਹਮੇਸ਼ਾ ਕਠਿਨਾਈਆਂ ਵੇਲੇ ਵਿਜੇਂਦਰ ਸਿੰਗਲਾ ਪਰਿਵਾਰ ਹਮੇਸ਼ਾ ਕਾਂਗਰਸ ਪਾਰਟੀ ਦਾ ਸਾਥ ਦਿੰਦਾ ਹੈ। ਅੱਜ ਵਫਾਦਾਰਾਂ ਦੇ ਚੰਦ ਜਿਹੜੇ ਲੋਕ ਵਫਾਦਾਰ ਰਹਿ ਗਏ ਉਹਨਾਂ ਚੋਂ ਮੈਨੂੰ ਲੱਗਦਾ ਰਾਹੁਲ ਗਾਂਧੀ ਦੇ ਚਹੇਤੇ ਵਿਜੇਂਦਰ ਸਿੰਘ। ਕਦੋਂ ਤੱਕ ਅਨਾਉਂਸ ਹੋ ਸਕਦੀ ਹੈ ਟਿਕਟ? ਟਿਕਟ ਤਾਂ ਕਰ ਦਿਆਂਗੇ ਜਦੋਂ ਤੂੰ ਕਹੇਗਾ ਉਦੋਂ ਕਰ ਦੇਣਾ। ਸਰ ਕਰ ਦਿਓ ਜੀ, ਲੋਕ ਤਾਂ ਬੜੀ ਮੈਂ ਕਿਹਾ ਜਿੱਥੇ 13 ਦਿਨ ਸੱਚੀ ਹੋ ਗਿਆ ਮੈਨੂੰ ਨਾਜ਼ਰੀ ਰਾਜਾ ਵੜੇਂਗਾ ਅਨਾਉਂਸ ਕਰ ਦੂੰਗਾ। ਬਹੁਤ ਕੁਛ ਸਿੱਖਿਆ ਜਾ ਸਕਦਾ ਹੈ ਸਿੰਗਲਾ ਸਾਹਿਬ ਜੀ ਦੇ ਜੀਵਨ ਤੋਂ, ਕਿਸ ਪ੍ਰਕਾਰ ਰਾਜਨੀਤੀ ਸ਼ੁਰੂ ਕੀਤੀ ਔਰ ਕਿੱਥੋਂ ਸ਼ੁਰੂ ਕੀਤੀ। ਇਸੇ ਕਰਕੇ ਤਾਂ ਮੈਂ ਸਿੰਗਲਾ ਸਾਹਿਬ ਦੀ ਗੱਲ ਕੀਤੀ ਕਿ ਜਿਹੜੇ ਦਲ ਬਦਲਦੇ ਹੈ, ਜਿਹੜੇ ਕਹਿੰਦੇ ਸਾਨੂੰ ਟਿਕਟ ਨਹੀਂ ਮਿਲਣੀ ਅਸੀਂ ਚੱਲੇ ਹਾਂ। ਅੱਜ ਵਫਾਦਾਰਾਂ ਦੇ ਚੰਦ ਜਿਹੜੇ ਲੋਕ ਵਫਾਦਾਰ ਰਹਿ ਗਏ ਉਹਨਾਂ ਚੋਂ ਮੈਨੂੰ ਲੱਗਦਾ ਰਾਹੁਲ ਗਾਂਧੀ ਦੇ ਚਿਹਰੇ ਵੀ ਦੇ ਮੈਸੇਜ। ਮੈਂ ਸਮਝਦਾ ਕਿ ਸਿੰਗਲਾ ਸਾਹਿਬ ਦੀ ਬਹੁਤ ਵੱਡੀ ਦੇਣ ਸੀਗੀ ਪੂਰੇ ਪੰਜਾਬ ਨੂੰ ਔਰ ਸਮਾਜ ਨੂੰ। ਬਹੁਤ ਕੁਛ ਸਿੱਖਿਆ ਜਾ ਸਕਦਾ ਹੈ ਸਿੰਗਲਾ ਸਾਹਿਬ ਜੀ ਦੇ ਜੀਵਨ ਤੋਂ, ਕਿਸ ਪ੍ਰਕਾਰ ਰਾਜਨੀਤੀ ਸ਼ੁਰੂ ਕੀਤੀ ਔਰ ਕਿੱਥੋਂ ਸ਼ੁਰੂ ਕੀਤੀ ਔਰ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਔਰ ਕਿੱਦਾਂ ਕਿੱਦਾਂ ਸੈਕਰੀਫਾਈਸ ਜ਼ਿੰਦਗੀ ਦੇ ਕੀਤੇ। ਜ਼ਰੂਰੀ ਨਹੀਂ ਕੇਵਲ ਅਹੁਦੇ ਵਾਸਤੇ ਟਿਕਟ ਵਾਸਤੇ ਬਲਕਿ ਪੰਜਾਬ ਦੀ ਸੇਵਾ ਕਰਨ ਦਾ ਫੈਸਲਾ ਕੀਤਾ। ਜੇ ਪੂਰੀ ਜੀਵਨ ਤੇ ਝਾਤ ਮਾਰ ਲਓਗੇ ਤਾਂ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਮੁੰਡੇ, ਅੱਜ ਕੱਲ੍ਹ ਦੇ ਜਿਹੜੇ ਰਾਜਨੀਤਿਕ ਲੋਕ ਰੋਜ਼ਾਨਾ ਇੱਧਰ ਕਦੇ ਉੱਧਰ, ਉਹ ਤੇਜ਼ਨਾ ਚ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਵੱਡੀ ਸੇਧ ਮਿਲ ਸਕਦੀ ਹੈ ਸਿੰਗਲਾ ਸਾਹਿਬ ਜੀ ਦੇ ਜੀਵਨ। ਸਰ, ਦਲ ਬਦਲੀਆਂ ਦਾ ਦੌਰ ਚੱਲ ਰਿਹਾ ਹੈ, ਕਈ ਨੇਤਾ ਪਾਰਟੀ, ਇਸੇ ਕਰਕੇ ਤਾਂ ਮੈਂ ਸਿੰਗਲਾ ਸਾਹਿਬ ਦੀ ਗੱਲ ਕੀਤੀ ਕਿ ਜਿਹੜੇ ਦਲ ਬਦਲਦੇ ਹੈ, ਜਿਹੜੇ ਕਹਿੰਦੇ ਸਾਨੂੰ ਟਿਕਟ ਨਹੀਂ ਮਿਲਣੀ ਅਸੀਂ ਚੱਲੇ ਹਾਂ, ਜਿਹੜੇ ਓਪਰਚੁਨਿਸਟ ਹੈ ਉਹਨਾਂ ਨੂੰ ਇੱਥੋਂ ਸਹਿਜਤਾ ਦੀ ਜਿਹੜੀ ਮੈਂ ਗੱਲ ਕੀਤੀ ਹੈ ਸਿੰਗਲਾ ਸਾਹਿਬ ਜੀ ਦੀ ਸ਼ਰਧਾਂਜਲੀ ਦੇ ਮੌਕੇ ਤੇ, ਉਹੀ ਕੀਤੀ ਹੈ ਕਿ ਸਹਿਜ ਪੱਕੇ ਸੋ ਮਿੱਠਾ ਹੋਏ। ਜ਼ਰੂਰੀ ਨਹੀਂ ਹੈ ਕਿ ਟਿਕਟ ਨਾਲ ਤੇ ਅਹੁਦੇਦਾਰੀਆਂ ਨਾਲ ਤੁਹਾਨੂੰ ਲੋਕ ਜਾਣਨਗੇ, ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ
ਉਹ ਚੀਜ਼ਾਂ ਨਾ ਮਿਲਣ ਪਰ ਜ਼ਿੰਦਗੀ ਚ ਰਹਿੰਦੀ ਦੁਨੀਆਂ ਤੱਕ ਤੁਹਾਡੇ ਚਲੇ ਜਾਣ ਤੋਂ ਬਾਅਦ ਵੀ ਦੁਨੀਆਂ ਤੁਹਾਨੂੰ ਯਾਦ ਰੱਖਦੀ ਹੈ। ਜਿਹੜੇ ਲੋਕ ਜਿਹਨਾਂ ਦੇ ਲੋਕਾਂ ਦੇ ਐਥਿਕਸ ਹੈਗੇ ਨੇ, ਜਿਹਨਾਂ ਨੂੰ ਮੋਰਲ ਵੈਲਿਊਜ਼ ਹੈਗੀਆਂ, ਉਹਨਾਂ ਲੋਕਾਂ ਨੂੰ ਹਮੇਸ਼ਾ ਲੋਕ ਯਾਦ ਰੱਖਦੇ, ਕਹਿੰਦੇ ਉਹ ਹਮੇਸ਼ਾ ਹੀ ਲੀਡਰ ਹੁੰਦੇ ਨੇ ਤੇ ਲੋਕਾਂ ਦੇ ਮਨਾਂ ਚ ਵੱਸ ਗਏ। ਕਾਂਗਰਸ ਪਾਰਟੀ ਰਜਿੰਦਰ ਸਿੰਗਲਾ ਜੀ ਦਾ ਨਾਮ ਸਭ ਤੋਂ ਅੱਗੇ ਕਰ ਰਹੇ ਨੇ ਚਾਹਵਾਂ ਦੇ ਵਿੱਚ ਕਿ ਲੋਕ ਸੰਗਰੂਰ ਸਵਾਲ ਕੀਤੇ। ਰਜਿੰਦਰ ਸਿੰਗਲਾ ਜੀ ਸਾਡੇ ਵੱਡੇ ਭਰਾ ਨੇ, ਰਾਹੁਲ ਗਾਂਧੀ ਦੇ ਸਭ ਤੋਂ ਨਜ਼ਦੀਕੀ ਨੇ, ਇਹ ਫੈਸਲਾ ਇਹਨਾਂ ਨੇ ਲੈਣਾ, ਜੋ ਇਹਨਾਂ ਦਾ ਮਨ ਹੋਏਗਾ। ਲੇਕਿਨ ਮੇਰੇ ਕਹਿਣ ਦਾ ਮਤਲਬ ਕਠਿਨਾਈਆਂ ਚੋਂ ਹਮੇਸ਼ਾ ਕਠਿਨਾਈਆਂ ਵੇਲੇ ਵਿਜੇਂਦਰ ਸਿੰਘ ਦਾ ਪਰਿਵਾਰ ਹਮੇਸ਼ਾ ਕਾਂਗਰਸ ਪਾਰਟੀ ਦਾ ਸਾਥ ਦਿੰਦਾ ਹੈ। ਅੱਜ ਵਫਾਦਾਰਾਂ ਦੇ ਚੰਦ ਜਿਹੜੇ ਲੋਕ ਵਫਾਦਾਰ ਰਹਿ ਗਏ ਉਹਨਾਂ ਚੋਂ ਮੈਨੂੰ ਲੱਗਦਾ ਰਾਹੁਲ ਗਾਂਧੀ ਦੇ ਇੱਕ ਚਹੇਤੇ ਵਿਜੇਂਦਰ ਸਿੰਘ। ਕਦੋਂ ਤੱਕ ਅਨਾਉਂਸ ਹੋ ਸਕਦੀ ਹੈ ਟਿਕਟ? ਟਿਕਟ ਤਾਂ ਕਰ ਦਿਆਂਗੇ ਜਦੋਂ ਤੂੰ ਕਹੇਗਾ ਉਦੋਂ ਕਰ ਦਿੰਦਾ। ਜਿੱਥੇ ਤੇਰਾ ਦਿਨ ਸੱਚੀ ਹੋ ਗਿਆ ਮੈਨੂੰ ਦੱਸ ਦੀ, ਰਾਜਾ ਵੜਿੰਗ ਅਨਾਊਂਸ ਕਰ ਦੂਗਾ।